ਸਤਿ ਸ਼੍ਰੀ ਅਕਾਲ ਜੀ। ਕੁਛ ਦਿਨ ਪਹਿਲਾਂ ਆਪਾਂ ਕੈਂਪੇਨ ਸ਼ੁਰੂ ਕੀਤਾ ਸੀਗਾ ਇੱਕ ਛੋਟੇ ਬੱਚੇ ਵਾਸਤੇ ਜੋ ਕਿ 6 ਸਾਲ ਦਾ ਹੈ, ਪੰਜਾਬ ਤੋਂ ਹੈ, ਇੱਕ ਗੁਰਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ। 6 ਸਾਲ ਦਾ ਬੱਚੇ ਦੀ ਉਮਰ ਹੈ ਔਰ ਬੱਚੇ ਨੂੰ ਬਲੱਡ ਕੈਂਸਰ ਹੈ। ਸੋ ਉਹਦੇ ਵਾਸਤੇ ਆਪਾਂ ਕੈਂਪੇਨ ਸ਼ੁਰੂ ਕੀਤਾ ਸੀਗਾ ਕਿ ਆਪਾਂ ਬੱਚੇ ਦਾ ਕਿਸੇ ਵਧੀਆ ਹੋਸਪਿਟਲ 'ਚ ਇਲਾਜ ਕਰਾਉਣਾ ਹੈ ਔਰ ਤਾਂ ਕਿ ਉਹਦਾ ਪਹਿਲਾਂ ਟੈਸਟ ਵਗੈਰਾ ਕਰਾ ਕੇ ਪੂਰੀ ਵੈਰੀਫਾਈ ਕਰ ਲਿੱਤਾ ਜਾਏ ਔਰ ਫਿਰ ਉਹਦਾ ਪ੍ਰੋਪਰ ਜੋ ਹੈ ਉਹ ਇਲਾਜ ਹੋਵੇ। ਕਿਉਂਕਿ ਜੋ ਬੱਚੇ ਦਾ ਪਰਿਵਾਰ ਹੈ ਉਹ ਕਾਫੀ ਮਤਲਬ ਗਰੀਬ ਫੈਮਿਲੀ ਤੋਂ ਤਾਲੁਕ ਰੱਖਦਾ, ਬਹੁਤ ਜ਼ਿਆਦਾ ਲੋੜਵੰਦ ਨੇ। ਵੱਡੀ ਗੱਲ ਇਹ ਕਿ ਰੱਬ ਦਾ ਨਾਮ ਲੇਵਾ ਨੇ ਔਰ ਗੁਰੂ ਮਹਾਰਾਜ ਨਾਲ ਜੁੜੇ ਹੋਏ ਨੇ, ਗੁਰਸਿੱਖ ਨੇ। ਸੋ ਇਹ ਸਾਡੀ ਸਾਰਿਆਂ ਦੀ, ਸਪੈਸ਼ਲੀ ਜਿਹੜੇ ਆਪਾਂ ਪੰਜਾਬੀ ਹਾਂ, ਜਿਹੜੇ ਸਿੱਖ ਹਾਂ, ਇਹਨਾਂ ਨਾਲੋਂ ਸਾਰਿਆਂ ਦੀ ਹੀ ਜੋ ਹੈ ਉਹ ਪ੍ਰੋਪਰ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਹੋ ਜਿਹੇ ਪਰਿਵਾਰ ਦੀ ਮਦਦ ਕਰੀਏ। ਹਾਲਾਂਕਿ ਸਭ ਦੀ ਮਦਦ ਤਾਂ ਨਹੀਂ ਕਰ ਸਕਦੇ, ਜਿੱਦਾਂ ਮੈਂ ਆਪਣੇ ਮੋਸਟਲੀ ਮੇਰੀ ਸਲਾਈਡ 'ਤੇ ਲਿਖਿਆ ਹੁੰਦਾ ਕਿ ਨੋਬਡੀ ਕੈਨ ਹੈਲਪ ਐਵਰੀਵਨ ਬਟ ਐਵਰੀਬਡੀ ਕੈਨ ਹੈਲਪ ਸਮਵਨ। ਸੋ ਆਪਾਂ ਸਾਰਿਆਂ ਦੀ ਮਦਦ ਤਾਂ ਨਹੀਂ ਕਰ ਸਕਦੇ ਬਟ ਹਰ ਬੰਦਾ ਕਿਸੇ ਨਾ ਕਿਸੇ ਦੀ ਜਦੋਂ ਜ਼ਰੂਰ ਥੋੜ੍ਹੀ ਜਾਂ ਬਹੁਤੀ ਨੇ ਥੋੜ੍ਹੀ ਜ਼ਰੂਰ ਮਦਦ ਕਰ ਸਕਦਾ। ਸੋ ਕਰੀਬ ਪਿਛਲੇ 3-4 ਦਿਨਾਂ ਦੇ ਵਿੱਚ ਹੀ ਆਪਾਂ 1.25 ਲੱਖ 1.5 ਲੱਖ ਦੇ ਨੇੜੇ ਪਹੁੰਚ ਗਏ ਹਾਂ ਔਰ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ, ਸਾਰਿਆਂ ਦੇ ਦਿਲਾਂ 'ਚ ਰਹਿਮ ਬਖਸ਼ਿਆ ਔਰ ਬਹੁਤ ਵੀਰਾਂ ਨੇ ਜਿਹੜੇ ਕਿ ਸਾਡੇ ਗਰੁੱਪ ਨਾਲ ਜੁੜੇ ਨੇ, ਜਿਹੜੇ ਬਹੁਤ ਗਲਫ ਦੇ ਵਿੱਚ ਜਾਂ ਯੂਰੋਪ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ 'ਚ ਰਹਿੰਦੇ ਹੈ, ਬਹੁਤ ਦੂਰੋਂ ਦੂਰੋਂ ਲੋਕਾਂ ਨੇ ਸਾਰੇ ਵੀਰਾਂ ਨੇ ਮਦਦ ਕੀਤੀ ਹੈ ਔਰ ਵਿਦ ਇਨ ਸੈਕਿੰਡਸ ਦੇ ਵਿੱਚ ਮਤਲਬ ਕਰੀਬ 1.25 ਲੱਖ ਤੋਂ 1.5 ਲੱਖ ਦਾ ਜੋ ਪੈਸਾ ਹੈ ਉਹ ਆਪਾਂ ਇਕੱਠਾ ਕਰ ਲਿਆ। ਅਤੇ ਸਾਰਾ ਪੈਸਾ ਜੋ ਬੱਚੇ ਦੀ ਜੋ ਮਾਤਾ ਜੀ ਨੇ ਲਖਵਿੰਦਰ ਕੌਰ ਜੀ ਉਹਨਾਂ ਦੇ ਅਕਾਊਂਟ 'ਚ ਜਾ ਰਿਹਾ ਔਰ ਜਿੱਦਾਂ ਜਿੱਦਾਂ ਉਹਨਾਂ ਨੂੰ ਜ਼ਰੂਰਤ ਪਏਗੀ ਉਹ ਯੂਜ਼ ਕਰਨਗੇ ਪੈਸੇ ਨੂੰ, ਠੀਕ ਹੈ ਜੀ। ਅਤੇ ਬੱਚੇ ਦਾ ਜੋ ਪਰਿਵਾਰ ਹੈ ਉਹ ਤਰਨ ਤਾਰਨ ਡਿਸਟ੍ਰਿਕਟ ਤੋਂ ਹੈ ਔਰ ਉਹਦਾ ਜੋ ਮੈਂ ਪਹਿਲਾਂ ਵੀਡੀਓ ਅਪਲੋਡ ਕੀਤਾ ਸੀ ਉਹਦੇ ਬਾਕੀ ਰੈਫਰੈਂਸ ਤੁਸੀਂ ਉੱਥੋਂ ਲੈ ਸਕਦੇ ਹੋ। ਬਹੁਤ ਵੀਰਾਂ ਨੇ ਜਿਨ੍ਹਾਂ ਨੇ ਵੀਡੀਓ ਦੇਖਿਆ ਜਿਹੜੇ ਗਰੁੱਪ ਦੇ ਵਿੱਚ ਐਡ ਨਹੀਂ ਹੈ, ਉਹ ਉਹਨਾਂ ਦੇ ਕਈਆਂ ਦੇ ਮੈਸੇਜਿਸ ਆਏ ਕਿ ਭਾਅ ਜੀ ਸਾਨੂੰ ਉਹਨਾਂ ਦੀ ਡਿਟੇਲ ਦਿਓ। ਸੋ ਮੈਸੇਜਿਸ ਇੰਨੇ ਜ਼ਿਆਦਾ ਸੀ ਕਿ ਡਿਟੇਲ ਇੱਕ ਇੱਕ ਬੰਦੇ ਨੂੰ ਡਿਟੇਲ ਦੇਣਾ ਬਹੁਤ ਔਖਾ ਹੋ ਰਿਹਾ ਸੀ। ਸੋ ਮੈਂ ਇੱਕ ਛੋਟਾ ਜਿਹਾ ਵੀਡੀਓ ਬਣਾਇਆ ਇਸ ਕਰਕੇ। ਸਭ ਤੋਂ ਪਹਿਲੀ ਗੱਲ ਤਾਂ ਕਿ ਸਾਰੇ ਉਹਨਾਂ ਵੀਰਾਂ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇੰਨੇ ਸ਼ੋਰਟ ਨੋਟਿਸ 'ਤੇ ਹੈਲਪ ਕੀਤੀ ਹੈ। ਵਾਹਿਗੁਰੂ ਮਿਹਰ ਕਰੇ, ਤੁਹਾਡੀ ਦੁਆਵਾਂ ਵੀ ਇੱਦਾਂ ਹੀ ਬੱਚੇ ਨੂੰ ਮਿਲਣ ਔਰ ਬੱਚਾ ਜੋ ਹੈ ਤੰਦਰੁਸਤ ਹੋਵੇ ਔਰ ਆਪਣਾ ਵਧੀਆ ਜ਼ਿੰਦਗੀ ਜੋ ਹੈ ਬਤੀਤ ਕਰੇ। ਸਾਰੇ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਮਦਦ ਕੀਤੀ। ਸੋ ਜਿਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਕਿੱਦਾਂ ਮਦਦ ਕਰਨੀ ਹੈ, ਸੋ ਆਪਾਂ ਜਦੋਂ ਕਿਸੇ ਕੰਟਰੀ ਤੋਂ ਜਾਂ ਇੰਡੀਆ ਤੋਂ ਆਪਾਂ ਟ੍ਰਾਂਸਫਰ ਕਰਦੇ ਹਾਂ ਤਾਂ ਅਕਾਊਂਟੀ ਦਾ ਨਾਮ ਹੋਣਾ ਚਾਹੀਦਾ, ਅਕਾਊਂਟ ਵਾਲੇ ਦਾ ਨੰਬਰ ਹੋਣਾ ਚਾਹੀਦਾ, ਅਕਾਊਂਟ ਦਾ ਨੰਬਰ ਕੀ ਹੈ ਔਰ ਇੱਕ IFSC ਕੋਡ ਹੁੰਦਾ ਹੈ, ਉਹ 3 ਚੀਜ਼ਾਂ ਬੇਸਿਕ ਹੁੰਦੀਆਂ ਨੇ। ਰੈਸਟ ਆਲ ਜਿਹੜੀ ਡਿਟੇਲ ਹੈ ਉਹਨਾਂ ਦੀ ਬੈਂਕ ਦੀ ਕਾਪੀ ਦਾ ਜਿਹੜਾ ਫਸਟ ਪੇਜ ਹੈ ਉਹ ਆਪਾਂ ਸਕੈਨ ਕਰਕੇ ਰੱਖਿਆ ਹੋਇਆ। ਆਈ ਐਮ ਗੋਇੰਗ ਟੂ ਅਟੈਚ ਦੈਟ ਸਲਾਈਡ ਐਟ ਦ ਐਂਡ ਆਫ ਦਿਸ ਵੀਡੀਓ, ਉਹ ਵੀਡੀਓ ਦੇ ਐਂਡ ਦੇ ਵਿੱਚ ਮੈਂ ਐਡ ਕਰ ਦੂੰਗਾ। ਤੁਸੀਂ ਉਹ ਥੋੜ੍ਹਾ ਲੰਬਾ ਵੀ ਚੱਲੇਗੀ, ਤੁਸੀਂ ਆਰਾਮ ਨਾਲ ਉਹ ਨੰਬਰ ਨੋਟ ਕਰ ਸਕਦੇ ਹੋ ਔਰ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਔਰ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ, ਜੀ ਸਦ ਕੇ ਕਰੋ। ਅਤੇ ਆਉਣ ਵਾਲੇ ਟਾਈਮ 'ਚ ਕੋਸ਼ਿਸ਼ ਕਰਾਂਗੇ ਕਿ ਬੱਚੇ ਨਾਲ ਔਰ ਬੱਚੇ ਦੀ ਮਾਤਾ ਜੀ ਨਾਲ ਔਰ ਉਹ ਵੀਰ ਜੀ ਨਾਲ ਜਿਨ੍ਹਾਂ ਨੇ ਵੀਡੀਓ ਪਾਇਆ ਸੀਗਾ ਉਹਨਾਂ ਨਾਲ ਵੀ ਆਪਣੀ ਗੱਲਬਾਤ ਹੋ ਸਕੇ, ਕੋਈ ਐਸਾ ਵੀਡੀਓ ਆਪਾਂ ਨੂੰ ਮਿਲ ਸਕੇ ਉਹਨਾਂ ਦੀ ਤਰਫੋਂ ਆ ਸਕੇ ਕਿ ਜਿਹਦੇ ਨਾਲ ਜੋ ਐਟ ਪ੍ਰਜੈਂਟ ਜੋ ਇਸ ਟਾਈਮ ਸਿਚੁਏਸ਼ਨ ਹੈ ਉਹ ਪਤਾ ਲੱਗ ਸਕੇ। ਸੋ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ। ਮਹਾਰਾਜ ਮਿਹਰ ਕਰੇ, ਇੱਦਾਂ ਹੀ ਜੋ ਹੈ ਉਹ ਆਪਣਾ ਪਿਆਰ ਔਰ ਸਹਿਯੋਗ ਬਣਾਈ ਰੱਖੋ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਸਤਿ ਸ਼੍ਰੀ ਅਕਾਲ ਜੀ।